ਸੱਜਣੋ ਬੇਲੀਓ ਤੇ ਬਜ਼ੁਰਗੋ ਸੁਲਤਾਨੀ ਸਟੂਡੀਓ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਜੇਤੂ ਲੋਕ ਦਾਸਤਾਨਾਂ ਦੇ ਲਿਖਾਰ ਤੇ ਸ਼ਾਇਰ ਨਜ਼ੀਰ ਸੁਲਤਾਨੀ ਦਾ ਸਲਾਮ। ਗੁਜ਼ਰੇ ਹੋਏ ਕੱਲ 26 ਅਗਸਤ 2023 ਨੂੰ ਜਗਤ ਭਰ ਵਿੱਚ ਪੰਜਾਬੀ ਜ਼ਬਾਨ ਅਦਬ ਰਹਿਤਲ ਸੂਫੀਜ਼ਮ ਤੇ ਪੰਜਾਬੀ ਸੂਰਮਿਆਂ ਦੇ ਸੱਦੇ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਪੰਜਾਬੀ ਜ਼ਬਾਨ ਤਹਿਰੀਕ ਪੰਜਾਬੀ ਵਿਰਸਾ ਪਾਕਿਸਤਾਨ ਤੇ ਪੰਜਾਬ ਕੌਮੀ ਸੱਥ ਵੱਲੋਂ ਸਭ ਤੋਂ ਬਹੁਤੀਆਂ ਲੋਕ ਦਾਸਤਾਨਾਂ ਲਿਖਣ ਤੇ ਸ਼ਾਇਰ ਨਜ਼ੀਰ ਸੁਲਤਾਨੀ ਵਰਗੇ ਇੱਕ ਅਦਨਾ ਲਖਿਆਰ ਨੂੰ ਵਾਰਿਸ ਸ਼ਾਹ ਆਲਮੀ ਐਵਾਰਡ ਦੇ ਕੇ ਮਾਣ ਤੇ ਸਨਮਾਨ ਦਿੱਤਾ ਗਿਆ। ਮੈਂ ਸਮਝਣਾ ਇਹ ਸਭ ਪੰਜਾਬ ਵਾਸੀਆਂ ਦੀਆਂ ਮੁਹੱਬਤਾਂ ਤੇ ਪਿਆਰ ਦਾ ਸਿੱਟਾ ਏ। ਤੁਸੀਂ ਨਜ਼ੀਰ ਸੁਲਤਾਨੀ ਦੇ ਕਲਮ ਤੋਂ ਲਿਖੀਆਂ ਦਾਸਤਾਨਾਂ ਨੂੰ ਪਸੰਦ ਕੀਤਾ, ਮਾਣ ਵਧਾਇਆ। ਤੁਹਾਡਾ ਨਜ਼ੀਰ ਸੁਲਤਾਨੀ ਮਿੱਤਰਾਂ ਬਜ਼ੁਰਗਾਂ ਬੇਲੀਆਂ ਤੇ ਭੈਣਾਂ ਦਾ ਸ਼ੁਕਰਗੁਜ਼ਾਰ ਏ। ਅੱਜ ਅਸੀਂ ਦਾਸਤਾਨ ਮਿਰਜ਼ਾ ਜੱਟ ਦਾ ਤੀਜਾ ਤੇ ਆਖਰੀ ਹਿੱਸਾ ਪੇਸ਼ ਕਰ ਰਹੇ ਹਾਂ। ਇਸ ਦਾਸਤਾਨ ਦੀ ਫਰਮਾਇਸ਼ ਕਰਨ ਵਾਲਿਆਂ ਵਿੱਚ ਸ਼ਾਮਲ ਨੇ ਸ਼ੇਖੂਪੁਰਾ ਤੋਂ ਰਾਣਾ ਮੁਹੰਮਦ ਹਰੂਨ ਖਾਨ, ਰਾਣਾ ਮੁਹੰਮਦ ਹੁਨੈਨ, ਸਰਵਰ ਖਾਨ, ਜੰਡਿਆਲਾ ਸ਼ੇਰ ਖਾਨ ਤੋਂ ਤਾਰਕ ਮਹਿਮੂਦ ਖਾਨ, ਰਾਵਲ ਪਿੰਡੀ ਤੋਂ ਰਾਣਾ ਜਾਫਰ, ਕਾਲੇਵਾਲਾ ਚੀਮਾ ਤੋਂ ਜ਼ਕਾਉਲਾ ਚੀਮਾ, ਪਿੰਡ ਰਸੂਲਪੁਰ ਜੱਟਾਂ ਤੋਂ ਮੀਰ ਅਹਿਮਦ ਜੱਟ, ਕੋਟ ਰਾਧਾ ਕਿਸ਼ਨ ਨੱਥੋਕੀ ਤੋਂ ਜਾਫਰ ਅਲੀ ਰਾਜਪੂਤ, ਰੋਸ਼ਨ ਖਾਨ ਰਾਜਪੂਤ ਤੇ ਇਹਨਾਂ ਦੇ ਸਾਥੀ, ਪੀਰ ਗਨੀ ਪਾਕ ਪਤਨ ਤੋਂ ਮੁਹੰਮਦ ਹੁਸੈਨ। ਸੱਜਣੋ ਤੇ ਬੇਲੀਓ, ਅਸੀਂ ਤੁਹਾਨੂੰ ਦੱਸ ਚੁੱਕੇ ਹਾਂ, ਜਦੋਂ ਮਿਰਜ਼ੇ ਜੱਟ ਨੇ ਨਿੱਕੇ ਹੁੰਦਿਆਂ ਦੇ ਇੱਕ ਯਾਰ ਲੁਹਾਰ ਕੋਲੋਂ ਲੋਹੇ ਦੀਆਂ ਕਿੱਲੀਆਂ ਬਣਵਾ ਲਈਆਂ ਤੇ ਜਾ ਕੇ ਜਿਹੜੇ ਚਬਾਰੇ ਤੇ ਸਾਹਿਬਾਂ ਸੁੱਤੀ ਸੀ ਉਹਦੀ ਕੰਧ ਵਿੱਚ ਠੋਕ ਦਿੱਤੀਆਂ, ਕਿੱਲੀਆਂ ਨੂੰ ਰੱਸਾ ਬੰਨ ਕੇ ਚਬਾਰੇ ਤੇ ਚੜ ਗਿਆ ਤੇ ਜਾ ਸਾਹਿਬਾਂ ਨੂੰ ਉਠਾਇਆ। ਜਿਹੜੇ ਵੇਲੇ ਉਹ ਦੋਵੇਂ ਉੱਥੋਂ ਨਿਕਲ ਟੁਰੇ, ਉਸ ਵੇਲੇ ਰਾਤ ਦਾ ਤੀਜਾ ਪੈਰ ਹੋ ਗਿਆ ਸੀ। ਤੇ ਫੇਰ ਕੀ ਹੁੰਦਾ ਹੈ ਇਹ ਪੇਸ਼ ਕਰਦੇ ਨੇ ਸਾਧਕ ਪੱਟੀ ਬਾਗ ਮੋੜ ਵਾਲੇ, ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਓ ਮਿਰਜ਼ਾ ਕਿੱਲੀਆਂ ਲੈ ਕੇ ਗਿਆ ਸਾਹਿਬਾਂ ਦੇ ਘਰ, ਮਿਰਜ਼ੇ ਕਿੱਲੀਆਂ ਗੱਡੀਆਂ ਵੀ ਕੰਧ ਦੇ ਉੱਤੇ ਧਰ, ਓ ਮਿਰਜ਼ੇ ਰੱਸਾ ਬੰਨਿਆ, ਓ ਮਿਰਜ਼ੇ ਰੱਸਾ ਬੰਨਿਆ ਤੇ ਗਿਆ ਚਬਾਰੇ ਚੜ, ਓ ਨਾ ਕੋਈ ਉਹਨੂੰ ਖੌਫ ਸੀ ਤੇ ਨਾ ਕੋਈ ਉਹਨੂੰ ਡਰ, ਸੁੱਤੀ ਸਾਹਿਬਾਂ ਕਮਰੇ ਅੰਦਰ ਮਿਰਜ਼ੇ ਜਾ ਉਠਾਈ, ਸੁੱਤੇ ਪੈਸੀ ਸਾਹਿਬਾਂ ਦੇ ਬਾਪ ਦੇ ਨਾਲੇ ਭਾਈ, ਕੱਢ ਕੇ ਲੈ ਗਿਆ ਮਿਰਜ਼ਾ ਤੇ ਆਇਆ ਬੱਕੀ ਦੇ ਕੋਲ, ਸਾਹਿਬਾਂ ਘੋੜੀ ਚੜ ਪਾਉ ਆਖੇ ਮਿਰਜ਼ਾ ਬੋਲ, ਪਿੰਡੋਂ ਬਾਹਰ ਆ ਕੇ ਤੇ ਬੱਕੀ ਦਿੱਤੀ ਰੋਕ, ਪਿੰਡ ਕੰਜਰੀ ਦਾ ਮੁਜਰਾ ਪੈ ਵੇਖਣ ਸਾਰੇ ਲੋਕ, ਮਿਰਜ਼ਾ ਕਹਿੰਦਾ ਸਾਹਿਬਾਂ ਨੂੰ, ਮਿਰਜ਼ਾ ਕਹਿੰਦਾ ਸਾਹਿਬਾਂ ਨੂੰ ਤੂੰ ਬੈ ਘੋੜੀ ਦੇ ਕੋਲ, ਮਵੀ ਜ਼ਰਾ ਸੁਣ ਲਵਾਂ ਬਈ ਕੰਜਰੀ ਦੇ ਦੋ ਬੋਲ, ਮਿਰਜ਼ਾ ਖਾਣੇ ਆ ਕੇ ਤੇ ਲੱਗਾ ਪੈਸੇ ਦੇਣ, ਕੰਜਰੀ ਮਿਰਜ਼ੇ ਕੋਲ ਜੀ ਆਈ ਸੀ ਪੈਸੇ ਲੈਣ, ਓਏ ਉਹ ਵੇਖ ਮਿਰਜ਼ੇ ਨੂੰ ਆਖਦੀ, ਵੇਖ ਮਿਰਜ਼ੇ ਨੂੰ ਆਖਦੀ ਤੁਰ ਜਾ ਇੱਥੋਂ ਤੂੰ, ਤੈਨੂੰ ਦੇਣਗੇ ਮਾਰ ਓਏ ਕਰੀ ਨਾ ਇੱਥੇ ਚੂੰ, ਮਿਰਜ਼ਾ ਖਾੜਿਓ ਨਿਕਲਿਆ ਤੇ ਆਇਆ ਬੱਕੀ ਦੇ ਕੋਲ, ਸਾਹਿਬਾਂ ਘੋੜੀ ਚੜ ਪਾਓ ਆਖੇ ਮਿਰਜ਼ਾ ਬੋਲ। ਸੱਜਣੋ ਤੇ ਬੇਲੀਓ, ਜਦੋਂ ਉਹ ਪਿੰਡੋਂ ਬਾਹਰ ਨਿਕਲੇ ਹੀ ਸਨ ਤੇ ਮਿਰਜ਼ੇ ਨੇ ਇੱਕ ਡੇਰੇ ਤੇ ਆ ਕੇ ਬੱਕੀ ਖਿਲਾਰ ਦਿੱਤੀ ਤੇ ਥੱਲੇ ਉਤਰ ਕੇ ਖੂਹੀ ਤੋਂ ਪਾਣੀ ਪੀਣ ਲੱਗ ਪਿਆ। ਇਧਰੋਂ ਚੰਦਲਾਂ ਦੀ ਜੰਝ ਕੰਜਰੀ ਦਾ ਨਾਚ ਵੇਖ ਰਹੀ ਸੀ। ਕੰਜਰੀ ਦੇ ਘੁੰਗਰੂਆਂ ਦੀ ਆਵਾਜ਼ ਮਿਰਜ਼ੇ ਦੇ ਕੰਨ ਵਿੱਚ ਪਈ ਤੇ ਮਿਰਜ਼ਾ ਸਾਹਿਬਾਂ ਨੂੰ ਕਹਿਣ ਲੱਗਾ, ਤੂੰ ਜ਼ਰਾ ਇੱਥੇ ਆਰਾਮ ਕਰ
ਤੇ ਮੈਂ ਜ਼ਰਾ ਅਖਾੜਾ ਵੇਖਿਆਵਾਂ। ਸਹਿਬਾ ਕਹਿਣ ਲੱਗੀ, ਮਿਰਜ਼ਿਆ ਆਪਣਾ ਪੰਧ ਖੋਟਾ ਨਾ ਕਰ ਤੇ ਇੱਥੋਂ ਚੱਲ, ਜੇ ਸਾਡੇ ਪਿੱਛੇ ਵਾਰ ਚੜ੍ਹ ਗਈ ਤੇ ਅਸੀਂ ਦੋਵੇਂ ਮਾਰੇ ਜਾਵਾਂਗੇ। ਮਿਰਜ਼ਾ ਕਹਿਣ ਲੱਗਾ, ਤੂੰ ਫਿਕਰ ਨਾ ਕਰ, ਉਹ ਸਾਰੇ ਅਖਾੜਾ ਵੇਖ ਰਹੇ ਨੇ, ਇੱਧਰ ਕਿਸੇ ਦਾ ਧਿਆਨ ਵੀ ਨਹੀਂ ਹੋਣਾ। ਖੈਰ ਮਿਰਜ਼ਾ ਸਾਹਿਬਾਂ ਨੂੰ ਉੱਥੇ ਛੱਡ ਕੇ ਅਖਾੜਾ ਵੇਖਣ ਤੁਰ ਗਿਆ। ਚੰਦੜ ਜਿਹੜੇ ਕੰਜਰੀ ਨੂੰ ਦਵਾਨੀ ਚਵਾਨੀ ਦੇ ਰਹੇ ਸਨ, ਮਿਰਜ਼ੇ ਨੇ ਜਾ ਕੇ ਮੋਹਰਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੰਜਰੀ ਦੀ ਤਵੱਜੋ ਮੋਹਰਾਂ ਵੱਲ ਹੋਈ ਤੇ ਕੰਜਰੀ ਨੇ ਮਿਰਜ਼ੇ ਨੂੰ ਪਛਾਣ ਲਿਆ। ਫਿਰ ਉਹਨੇ ਆਪਣੇ ਗਾਣੇ ਵਿੱਚ ਕੁਝ ਅਜਿਹਾ ਬੋਲ ਬੋਲੇ ਜਿਨ੍ਹਾਂ ਦਾ ਮਤਲਬ ਇਹ ਸੀ, ਤੂੰ ਇੱਥੋਂ ਨਿਕਲ ਜਾ, ਜੇ ਤੈਨੂੰ ਚੰਦੜਾਂ ਨੇ ਪਛਾਣ ਲਿਆ ਤੇ ਤੈਨੂੰ ਮਾਰ ਦੇਣਗੇ। ਮਿਰਜ਼ਾ ਉੱਥੋਂ ਨਿਕਲਿਆ ਤੇ ਸਾਹਿਬਾਂ ਨੂੰ ਨਾਲ ਲੈ ਕੇ ਦਾਨਾਬਾਦ ਵੱਲ ਘੋੜੀ ਪਜਾ ਦਿੱਤੀ। ਉਹਨਾਂ ਨੂੰ ਰਾਹ ਵਿੱਚ ਫਿਰੋਜ਼ਾ ਡੋਗਰ ਮਿਲਦਾ ਏ। ਉਹਨੇ ਮਿਰਜ਼ੇ ਨੂੰ ਵੇਖਿਆ ਤੇ ਘੋੜੀ ਦੇ ਅੱਗੇ ਆ ਖਲੋਤਾ ਤੇ ਆਖਣ ਲੱਗਾ, ਮਿਰਜ਼ਿਆ ਇਹ ਤੇਰੇ ਪਿੱਛੇ ਕੌਣ ਏ? ਮਿਰਜ਼ੇ ਆਖਿਆ, ਇਹ ਮਰਾਸੀਆਂ ਦਾ ਬਾਲ ਏ। ਫਿਰੋਜ਼ਾ ਡੋਗਰ ਕਹਿਣ ਲੱਗਾ, ਇਹਨੂੰ ਕਿੱਥੇ ਨਾਲ ਲਈ ਫਿਰਨਾ ਏ? ਇੱਥੇ ਮਿਰਜ਼ਾ ਕੀ ਕਹਿੰਦਾ ਏ? ਸਾਦਕ ਪੱਟੀ ਪੇਸ਼ ਕਰਦਾ ਏ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਏ। ਫਿਰੋਜ਼ਾ ਡੋਗਰ ਆਖਦਾ ਵੀ ਨਾ ਤੇਰੇ ਕੌਣ, ਕਹਿੰਦਾ ਬਾਲ ਮਰਾਸੀਆਂ ਵੀ ਜਿਹੜਾ ਗਾਉਂਦਾ ਗਾਉਣ। ਫਿਰੋਜ਼ਾ ਡੋਗਰ ਆਖਦਾ ਕੋਈ ਸਾਨੂੰ ਬੋਲ ਸੁਣਾ, ਕਿੱਡਾ ਚੰਗਾ ਗਾ ਕੇ ਤੂੰ ਜ਼ਰਾ ਮਹਾਲ ਬਣਾ। ਮਿਰਜ਼ਾ ਆਖਣ ਲੱਗਾ, ਇਹ ਮਰਾਸੀਆਂ ਦਾ ਬਾਲ ਏ, ਜਦੋਂ ਕਦੀ ਮੇਰਾ ਦਿਲ ਉਦਾਸ ਹੋਵੇ ਤੇ ਮੈਂ ਇਹਦੇ ਕੋਲੋਂ ਦੋ ਢੋਲੇ ਮਾਈਏ ਸੁਣ ਲੈਂਦਾ ਵਾਂ। ਫਿਰੋਜ਼ਾ ਡੋਗਰ ਕਹਿਣ ਲੱਗਾ, ਇਹਨੂੰ ਆਖ ਮੈਨੂੰ ਵੀ ਕੁਝ ਸੁਣਾਵੇ। ਮਿਰਜ਼ਾ ਕਹਿਣ ਲੱਗਾ, ਇਹ ਸਾਰੀ ਰਾਤ ਗਾ ਗਾ ਕੇ ਇਹਦਾ ਸੰਗ ਬਹਿ ਗਿਆ ਏ, ਇਹਦੇ ਕੋਲੋਂ ਹੁਣ ਨਹੀਂ ਗਾਇਆ ਜਾਣਾ। ਫਿਰੋਜ਼ਾ ਡੋਗਰ ਕਹਿਣ ਲੱਗਾ, ਮਿਰਜ਼ਿਆ ਮੈਨੂੰ ਚੱਕਰ ਪਿਆ ਦੇਣਾ ਏ, ਤੂੰ ਸਾਹਿਬਾਂ ਨੂੰ ਕੱਢ ਕੇ ਲੈ ਜਾ ਰਿਹਾ ਏ, ਜੇ ਇਹਨੂੰ ਲੈ ਕੇ ਜਾਣਾ ਈ ਤੇ ਪਹਿਲਾਂ ਤੈਨੂੰ ਮੇਰੇ ਨਾਲ ਲੜਨਾ ਪਵੇਗਾ। ਇਹ ਗੱਲ ਕਰਦੇ ਹੀ ਫਿਰੋਜ਼ਾ ਡੋਗਰ ਨੇ ਆਪਣਾ ਖੂਨ ਮਿਰਜ਼ੇ ਦੇ ਮਾਰਿਆ ਤੇ ਮਿਰਜ਼ੇ ਨੇ ਨੀਵਾਂ ਹੋ ਕੇ ਖੂਨ ਦਾ ਵਾਰ ਬਚਾਇਆ। ਅੱਗੋਂ ਚੱਪਦੇ ਹੀ ਮਿਰਜ਼ੇ ਨੇ ਤੀਰ ਕਮਾਨ ਵਿੱਚ ਚਾੜ ਕੇ ਡੋਗਰ ਦੇ ਪੱਟ ਵਿੱਚ ਮਾਰ ਦਿੱਤਾ। ਡੋਗਰ ਉੱਥੇ ਡਿੱਗ ਪਿਆ ਤੇ ਕਹਿਣ ਲੱਗਾ, ਮਿਰਜ਼ਿਆ ਤੂੰ ਮੇਰੀ ਲੱਤ ਤੇ ਤੋੜ ਦਿੱਤੀ ਏ, ਪਰ ਹੁਣ ਇੱਕ ਨੇਕੀ ਕਰਦਾ ਜਾ, ਆ ਲੈ ਸਾਫਾ ਤੇ ਇਹਨੂੰ ਘੁੱਟ ਕੇ ਮੇਰੇ ਪੱਟ ਨੂੰ ਬੰਨ ਦੇ ਤੇ ਮੈਨੂੰ ਸੰਡੇ ਉੱਤੇ ਬਹਾ ਦੇ। ਮਿਰਜ਼ੇ ਨੇ ਉਹਨੂੰ ਸਾਫਾ ਬੰਨ ਕੇ ਸੰਡੇ ਉੱਤੇ ਬਿਠਾ ਦਿੱਤਾ ਤੇ ਡੋਗਰ ਜ਼ਖਮੀ ਲੱਤ ਲੈ ਕੇ ਪਿਛਾਂ ਪਿੰਡ ਵੱਲ ਆ ਵੜਿਆ। ਸਾਰੇ ਜਾਂਜੀ ਕੰਜਰੀ ਦਾ ਨਾਚ ਵੇਖ ਰਹੇ ਸਨ ਤੇ ਡੋਗਰ ਨੇ ਜਾ ਕੇ ਆਖਿਆ, ਉਹ ਚੰਦੜੋ ਤੁਸੀਂ ਇੱਥੇ ਕੰਜਰੀ ਦੇ ਧਿਆਨ ਲੱਗੇ ਹੋ, ਉੱਧਰ ਮਿਰਜ਼ਾ ਤੁਹਾਡੀ ਪੱਤ ਸਾਹਿਬਾਂ ਨੂੰ ਲੈ ਕੇ ਨਿਕਲ ਗਿਆ ਜੇ। ਚੰਦੜਾਂ ਜਾ ਕੇ ਖਾਨ ਸ਼ਮੀਰ ਨੂੰ ਦੱਸਿਆ। ਖਾਨ ਕੀਵਾ ਸਾਹਿਬਾਂ ਦਾ ਪਿਓ ਕਹਿਣ ਲੱਗਾ, ਘੋੜੀਆਂ ਕੱਢੋ। ਇੱਧਰੋਂ ਸਾਰੀ ਜੰਜ ਘੋੜੀਆਂ ਤੇ ਚੜ੍ਹ ਕੇ ਮਿਰਜ਼ੇ ਦੇ ਪਿੱਛੇ ਲੱਗ ਗਈ ਤੇ ਉੱਧਰੋਂ ਮਿਰਜ਼ਾ ਘੋੜੀ ਦੌੜਾਉਂਦਾ ਦਾਨਾਬਾਦ ਦੀ ਜੂਹ ਵਿੱਚ ਆ ਅਪੜਿਆ।
दानाबाद तो सिर्फ 6 मील दूर एक जंड दे कोल आके उन्हें घोड़ी खिलार दिती ते आख्या साहबा हुण असी अपनी जू विच आ गए हां हुण सानू किसी का कोई डर नहीं हुण कुछ देर लई जंड दी ठंडी छावें आराम कर लईए। उत्थे साहबा मिर्जे नू की कहिंदी है ते मिर्जा की जवाब देंदा है साधक पट्टी पेश करता है ते लाला जी रिकॉर्ड करदे ने। ओ साहबा कहिंदी मिर्जे आवे तू घोड़ी अगा नू टोर तेनू कित्थों आईयां नींदरां वे मैनू खतरे होर तू चौधरी दाना बादा वे तू चौधरी दाना बादा मेरे इश्क बनाए चोर ओते मिर्जा आंदा साहबा नू तू डोर कादर दे सट मैं शेर बुका विच मार दे मैनू किसे नी पानी नत्थ नी कंड दे जा तेरे वीर कौन आखे मिर्जा जट। उन्हां घोड़ी जंड नाल बन दिती ते जंड नाल टोला के दोवें बह गए। जंड उत्ते एक कुगी बैठी सी ओदे मुंह विच कीड़ा सी। साहबा कहण लगी मिर्जिया तेरा किन्ना कु निशाना है। मिर्जा कहण लगा तू दस किनू निशाना लाउणा है। साहबा कहण लगी ओ कुगी दे मुंह विच कीड़ा है ते निशाना मार के ओ कीड़ा थले सुट ते कुगी भी ना मरे। जदों मिर्जे ने कुगी दी चुंझ वाल निशाना सिद्धा करके तीर छड़िया ते तीर कुगी दी चुंझ ते वजा ते कुगी दी चुंझ खुल गई कीड़ा पोए ते आ पिया। ए वेख के साहबा हैरान रह गई भई मिर्जा एडा वड्डा निशानची है उत्तों इहदे कोल 360 तीर ने ये चदड़ां दी सारी जंझ ते नाल मेरे प्यो भरावां नूं भी मार देगा। जदों मिर्जे दी अख लग गई ते साहबा ने तीर तोड़ने शुरू कर दिते। जंड नाल बजी घोड़ी खोल दिती। जदों 4 तीर रह गए उधरों खान शमीर दे कुत्ते नेड़ले छप्पड़ विच आवड़े ते साहबा वेख के समझ गई भई ये ते साडे कुत्ते ने इहदा मतलब ये भई वार साडे सिर ते चढ़ आईए। उन्हें मिर्जे नूं हलाया उठ मिर्जिया वारां पै गईआं ने। मिर्जे ने उठ के वेख्या ते उहदे सारे तीर टुटे सन ते सिर्फ 4 तीर बाकी सन। जदों वार नेड़े आई ते मोरले 4 घोड़ियां ते आउण वालिआं नूं मिर्जे ने तीरां नाल छलनी कर दित्ता। इन्ने चिर नूं सारी वार उत्ते चढ़ाई उन्हां ने उत्थे मिर्जा ते साहबा दोवां नूं मार दित्ता ते वापस मुड़ गए। ते जदों सखणी घोड़ी दानाबाद आई ते 36 भैण वेख के की कहिंदी है साधक पट्टी पेश करदा है लाला जी रिकॉर्ड करदे ने ते शायर नज़ीर सुल्तानी लिखदे ने। ओ 36 टाई मारिया उत्थे कोल पक्की देया ओ मैं क्यों जांदे वीर नूं रब्बा दित्ती बद दुआ मेरा जखी नी वेखिया मेरे मुंह नी लथे जा ओ सरजा गरजा वेख के उत्थे रोंदे घत गा मुंह जोरी साथों टुर गया खले डिकेरा असी बैठे आ मिर्जिया तेरिया सामी दाला ओते अरशो किंगरा टह पिया ओते अरशो किंगरा टह पिया भी मंजल मारी टा हज नी रह गया जूंदिया भी हो गया अतबा जदों बक्की दानाबाद अपड़ी ते खाली घोड़ी वेख के
ਮਿਰਜ਼ੇ ਜੱਟ ਦੇ ਭਾਈ ਸਰਜਾ ਗਰਜਾ ਤੇ ਨੂਰ ਸਮਦ ਸਮਝ ਗਏ ਭਾਈ ਮਿਰਜ਼ੇ ਨੂੰ ਕਿਸੇ ਨੇ ਮਾਰ ਦਿੱਤਾ ਹੈ। ਜਦੋਂ ਉਹ ਘੋੜੀ ਲੈ ਕੇ ਜੰਡ ਥੱਲੇ ਅਪੜੇ ਤੇ ਉਹਨਾਂ ਨੇ ਵੇਖਿਆ ਭਾਈ ਮਿਰਜ਼ਾ ਤੇ ਸਾਹਿਬਾਂ ਦੋਵੇਂ ਮਰੇ ਪਏ ਨੇ ਤੇ ਉਹ ਸਮਝ ਗਏ ਭਾਈ ਇਹਨਾਂ ਨੂੰ ਖਾਨ ਸ਼ਮੀਰ ਤੇ ਉਹਦੇ ਸੰਗੀਆਂ ਨੇ ਮਾਰਿਆ ਹੈ। ਉਹਨਾਂ ਪਿੰਡ ਵਿੱਚ ਐਲਾਨ ਕੀਤਾ ਭਾਈ ਮਿਰਜ਼ੇ ਜੱਟ ਦਾ ਬਦਲਾ ਲੈਣ ਵਾਸਤੇ ਜਿਨ੍ਹਾਂ ਸਾਡੇ ਨਾਲ ਜਾਣਾ ਹੈ ਉਹ ਤਿਆਰੀ ਫੜ ਲਓ। ਕੋਈ 300 ਦੇ ਨੇੜੇ ਬੰਦੇ ਇਕੱਠੇ ਹੋ ਗਏ। ਮਿਰਜ਼ੇ ਦੇ ਭਰਾਵਾਂ ਆਖਿਆ ਘੋੜੀਆਂ ਤੇ ਨਹੀਂ ਜਾਣਾ, ਸੰਡਿਆਂ ਤੇ ਝੋਟਿਆਂ ਤੇ ਜਾਣਾ ਹੈ। ਉਹਨਾਂ ਦਾ ਮਤਲਬ ਇਹ ਸੀ ਵੀ ਜੇ ਉੱਥੇ ਕੋਈ ਗੱਲ ਵੱਧ ਗਈ ਤੇ ਕੋਈ ਉੱਥੋਂ ਦੌੜਨ ਦੀ ਕੋਸ਼ਿਸ਼ ਨਾ ਕਰੇ, ਉੱਥੇ ਮਾਰਾਂਗੇ ਜਾਂ ਮਰ ਜਾਵਾਂਗੇ। ਉਹਨਾਂ ਨੇ ਪਿੰਡ ਖੀਵੇ ਜਾ ਕੇ ਖਾਨ ਖੀਵੇ ਤੇ ਉਹਦੇ ਪੁੱਤਰਾਂ ਨੂੰ ਜਾਂਡੀਆਂ ਸਣੇ ਮਾਰ ਦਿੱਤਾ। ਸੱਜਣੋ ਤੇ ਬੇਲੀਓ, ਇਹ ਸੀ ਮਿਰਜ਼ੇ ਜੱਟ ਦੀ ਕਹਾਣੀ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਇਹਦੇ ਨਾਲ ਹੀ ਸੁਲਤਾਨੀ ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਲਾਲਾ ਜੀ ਤੇ ਸਾਧਕ ਭੱਟੀ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ, ਰੱਬ ਰੱਖ, ਰੱਬ ਰੱਖ।